ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਅਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮੈਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮੈਰੀਕਾ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਸਟੇਸ਼ਨ 'ਤੇ ਸੁਣ ਰਹੇ ਹੋ, ਦੇਖ ਰਹੇ ਹੋ ਫੇਸਬੁੱਕ 'ਤੇ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 9 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸੋਮਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਨੰਬਰ 408-272-2500 ਦੇ ਉੱਤੇ, 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟੋਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ, ਸਤਨਾਮ ਸਿੰਘ ਯੂਬਰ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਰਾਜ ਸਿੰਘ ਬਰਾੜ ਸ਼੍ਰੀ ਗੰਗਾਨਗਰ, ਬੁੱਲਾ ਸਿੰਘ ਰਾਣਾ ਯੂਬਰ ਸਿਟੀ, ਹਰਜੀਤ ਸਿੰਘ ਕਰਮ ਲਿਵਰਮੋਰ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਸਤਨਾਮ ਸਿੰਘ ਧਾਲੀਵਾਲ, ਰਮਿੰਦਰ ਬਸਰਾ, ਸੁੱਖਾ ਸਿੰਘ ਗਾਖਲ, ਜੱਸੀ ਗਿੱਲ ਪਲੰਬਿੰਗ ਵਾਲੇ, ਬਿੰਦਰ ਧਾਲੀਵਾਲ, ਸਾਰੇ ਜਾਣੇ ਬੇਕਰਸ ਫੀਲਡ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-9698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਚੱਲੀਏ। ਸਭ ਤੋਂ ਪਹਿਲੀ ਖਬਰ ਜਿਹੜੀ ਆ, ਹਾਊਸ ਇੰਪੀਚਮੈਂਟ ਦੀ ਜਿਹੜੀ ਹੀਅਰਿੰਗ ਆ ਉਹ ਚੱਲ ਰਹੀ ਹੈਗੀ ਆ ਜੁਡੀਸ਼ੀਅਲ ਕਮੇਟੀ ਦੇ ਸਾਹਮਣੇ, ਤਾਂ ਕਿ ਜਿਹੜਾ ਪ੍ਰੈਜੀਡੈਂਟ ਡੋਨਲਡ ਟਰੰਪ ਨੂੰ ਕਹਿੰਦੇ ਵੀ ਇੰਪੀਚ ਕੀਤਾ ਜਾ ਸਕੇ। ਦੋਨੋਂ ਹੀ ਪਾਰਟੀਆਂ ਦੇ ਲੀਡਰ ਜਿਹੜੇ ਆ, ਡੈਮੋਕਰੇਟ ਅਤੇ ਰਿਪਬਲਿਕਨ ਕਾਂਗਰਸਮੈਨ, ਉਹ ਕਾਫੀ ਗਰਮਾ ਗਰਮੀ ਦੇ ਵਿੱਚ ਅੱਜ ਸਵੇਰੇ ਜਿਹੜੇ ਇੱਕ ਦੂਜੇ ਨਾਲ ਫਸਦੇ ਨਜ਼ਰ ਆਏ। ਡੈਮੋਕਰੇਟ ਹਾਊਸ ਜੁਡੀਸ਼ਰੀ ਚੇਅਰਮੈਨ ਜਿਹੜੇ ਰਿਪ੍ਰੈਜੈਂਟੇਟਿਵ ਜੈਰੀ ਨੈਡਲਰ, ਰਿਪਬਲਿਕਨ ਰੈਂਕਿੰਗ ਕਮੇਟੀ ਦੇ ਮੈਂਬਰ ਰਿਪ੍ਰੈਜੈਂਟੇਟਿਵ ਡੌਗ ਕੋਲਨਸ, ਅਤੇ ਹੋਰ ਫਲੋਰੀਡਾ ਦੇ ਰਿਪਬਲਿਕਨ ਰਿਪ੍ਰੈਜੈਂਟੇਟਿਵ ਮੈਟ ਗਾਇਰਸ ਅਤੇ ਲੂਜ਼ੀਆਨਾ ਦੇ ਰਿਪਬਲਿਕਨ ਮਾਈਕ ਜੌਨਸਨ ਵਾਰ ਵਾਰ ਕਹਿੰਦੇ ਪਈ ਜਿਹੜੇ ਹੀਅਰਿੰਗ ਵਾਲੇ ਇਸ਼ੂ ਹੈਗੇ ਆ ਉਹਨਾਂ ਦੇ ਉੱਤੇ ਫਸਦੇ ਨਜ਼ਰ ਆਏ ਜੀ। ਇਹ ਸਾਰਾ ਜਿਹੜਾ ਆ ਮਾਮਲਾ ਜਿਹੜਾ ਉਸ ਟਾਈਮ ਦੇ ਉੱਤੇ ਇੰਪੀਚਮੈਂਟ ਦਾ ਜਿਹੜਾ ਰੌਲਾ ਪਿਆ ਹੋਇਆ ਆ, ਜਦੋਂ ਤੋਂ ਜਿਹੜੇ ਕਹਿੰਦੇ ਵੀ ਰਾਸ਼ਟਰਪਤੀ ਟਰੰਪ ਉਹਨਾਂ ਨੇ ਯੂਕਰੇਨ ਦੀ ਜਿਹੜੀ ਮਿਲਟਰੀ ਏਡ ਆ ਇਸ ਕਰਕੇ ਜਿਹੜੀ ਆ ਉਸ ਦੇ ਉੱਤੇ ਰੋਕ ਲਾ ਕੇ ਰੱਖੀ ਵੀ ਉਹ ਯੂਕਰੇਨ ਦੇ ਰਾਸ਼ਟਰਪਤੀ ਦੇ ਉੱਤੇ ਦਬਾਅ ਪਾ ਰਹੇ ਸੀਗੇ ਵੀ ਜੋ ਬਾਇਡਨ ਅਤੇ ਉਸ ਦੇ ਮੁੰਡੇ ਦੇ ਖਿਲਾਫ਼ ਜਿਹੜੀ ਉੱਥੇ ਇਨਵੈਸਟੀਗੇਸ਼ਨ ਜਿਹੜੀ ਆ ਉਹ ਸ਼ੁਰੂ ਕੀਤੀ ਜਾਵੇ। ਅਤੇ ਡੈਮੋਕ੍ਰੇਟਸ ਦੇ ਕਹਿਣ ਮੁਤਾਬਕ ਜਿਹੜਾ ਇਹ ਕਹਿੰਦੇ ਵੀ ਇੰਪੀਚਮੈਂਟ ਅਫੈਂਸ ਜਿਹੜਾ ਉਹ ਹੈਗਾ ਆ, ਕਹਿੰਦੇ ਵੀ ਇਸ ਮੌਕੇ ਵੀ ਜਿਹੜੇ ਰਿਪਬਲਿਕਨਸ ਆ ਉਹ ਪ੍ਰੋਸੈਸ ਨੂੰ ਲੈ ਕੇ ਜਿਹੜਾ ਰੌਲਾ ਪਾ ਰਹੇ ਆ, ਇਸ ਦੇ ਉੱਤੇ ਕਿਸੇ ਤਰੀਕੇ ਦਾ ਉਹ ਬਿਆਨ ਜਿਹੜਾ ਉਹ ਨਹੀਂ ਦਿੰਦੇ ਵੀ ਕੀ ਇੱਕ ਸਿਟਿੰਗ ਅਮਰੀਕੀ ਰਾਸ਼ਟਰਪਤੀ ਦੁਆਰਾ ਕਿਸੇ ਹੋਰ ਦੇ ਕੋਲੋਂ ਇਹ ਡਿਮਾਂਡ ਕਰਨੀ, ਮੰਗ ਕਰਨੀ ਵੀ ਉਹਨਾਂ ਦੇ ਜਿਹੜੇ ਸਿਆਸੀ ਵਿਰੋਧੀ ਦੇ ਖਿਲਾਫ਼ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਜਾਵੇ ਜਾਂ ਉਸ ਦੇ ਉੱਤੇ ਦਬਾਅ ਕਿਸੇ ਤਰੀਕੇ ਨਾਲ ਪਾਇਆ ਜਾਵੇ ਵੀ ਉਹ ਠੀਕ ਗੱਲ ਆ ਜਾਂ ਗਲਤ ਗੱਲ ਹੈਗੀ ਆ। ਸੋ ਇਸ ਦੇ ਉੱਤੇ ਕਾਫ਼ੀ ਜਿਹੜਾ ਇਸ ਟਾਈਮ ਰੌਲਾ ਰੱਪਾ ਆ ਪੂਰਾ ਜਿਹੜਾ ਉਹ ਚੱਲ ਰਿਹਾ ਆ। ਐਡਮ ਜਿਹੜੇ ਨੈਡਲਰ ਹੈਗੇ ਨੇ ਉਹਨਾਂ ਨੇ ਕਿਹਾ ਵੀ ਜੇ ਟ੍ਰਾਇਲ ਦੇ ਵਿੱਚ ਜਾਂਦਾ ਆ ਤਾਂ ਕਹਿੰਦੇ ਵੀ 3 ਮਿੰਟਾਂ ਦੇ ਵਿੱਚ, ਉਹਨਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ 3 ਮਿੰਟਾਂ ਦੇ ਵਿੱਚ ਜਿਊਰੀ ਨੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੂੰ ਦੋਸ਼ੀ ਜਿਹੜਾ ਆ ਉਹ ਪਾ ਲੈਣਾ ਆ, ਜਿੱਦਾਂ ਦੇ ਸਬੂਤ ਉਹਨਾਂ ਦੇ ਸਾਹਮਣੇ ਹੈਗੇ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਸ ਪਾਸੇ ਵੱਲ ਨੂੰ ਜਾਂਦੀ ਆ। ਹਾਊਸ ਦੇ ਵਿੱਚ ਵੋਟ ਹੋਣ ਤੋਂ ਬਾਅਦ ਦੇ ਵਿੱਚ ਜੇ ਉਸ ਦੇ ਵਿੱਚ ਅਪਰੂਵਲ ਹੁੰਦਾ ਆ ਤਾਂ ਹੀ ਜਿਹੜੀ ਇਹ ਇੰਪੀਚਮੈਂਟ ਦੀ ਜਿਹੜੀ ਆ ਇਹ ਫਿਰ ਪੂਰੇ ਦਾ ਪੂਰਾ ਟ੍ਰਾਇਲ ਇੱਕ ਹਿਸਾਬ ਦੇ ਨਾਲ ਸੈਨੇਟ ਦੇ ਵਿੱਚ ਉਹ ਚੱਲੇਗਾ ਜੀ। ਅਤੇ ਇਸੇ ਤਰ੍ਹਾਂ ਕਹਿੰਦੇ ਵੀ ਜਿਹੜਾ ਇਹ ਉਲਟਾ ਵੀ ਅਸਰ ਇਹਦੇ 'ਤੇ ਪੈ ਸਕਦਾ ਹੈਗਾ, ਕਿਉਂਕਿ ਜਿਹੜੇ 65 ਮਿਲੀਅਨ ਦੇ ਕਰੀਬ ਜਿਹੜੇ ਲੋਕ ਆ ਜਿਨ੍ਹਾਂ ਨੇ ਪ੍ਰੈਜੀਡੈਂਟ ਡੋਨਲਡ ਟਰੰਪ ਨੂੰ ਵੋਟ ਪਾਈ ਆ, ਕਹਿੰਦੇ ਵੀ ਇਸ ਇਸ਼ੂ ਨੂੰ ਲੈ ਕੇ ਉਹ ਇੱਕ ਤਰ੍ਹਾਂ ਨਾਲ ਫਿਰ ਉਹ ਆਪਣੀਆਂ ਵੋਟਾਂ ਜਿਹੜੀਆਂ ਆ ਉਹ ਪੱਕੀਆਂ ਕਰ ਸਕਦਾ ਹੈਗਾ ਵੀ ਜੀ ਬਿਲਕੁਲ ਸਾਡੇ ਪ੍ਰੈਜੀਡੈਂਟ ਨੂੰ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਬੁਲੀ ਕੀਤਾ ਜਾ ਰਿਹਾ ਹੈਗਾ। ਸੋ ਇਸ ਤਰ੍ਹਾਂ ਦੀਆਂ ਵੀ ਜਿਹੜੀਆਂ ਖਬਰਾਂ ਆ ਉਹ ਆ ਰਹੀਆਂ ਹੈਗੀਆਂ, ਅਤੇ ਡੈਮੋਕਰੇਟਸ ਆ ਉਹ ਕਾਫੀ ਹੁਣ ਡਰੇ ਹੋਏ ਨਜ਼ਰ ਆ ਰਹੇ, ਖਾਸ ਕਰਕੇ ਬਲੈਕ ਅਤੇ ਹਿਸਪੈਨਿਕ ਵੋਟਸ ਤੋਂ। ਕਹਿੰਦੇ ਵੀ ਉਹਨਾਂ ਦੀ ਲੀਨਿੰਗ ਜਿਹੜੀ ਆ ਉਹ ਰਿਪਬਲਿਕਨ ਵੱਲ ਹੋਣੀ ਸ਼ੁਰੂ ਹੋ ਗਈ ਆ, ਕਿਉਂਕਿ ਜਿਹੜੀ ਮਾਰਕੀਟ ਆ ਜੋਬ ਜਿਹੜੀ ਆ ਜੋਬਸ ਆ ਉਹ ਬਹੁਤ ਸਟਰੋਂਗ ਹੈਗੀਆਂ। ਈਵਨ ਪਿਛਲੇ ਮਹੀਨੇ 266,000 ਜੋਬਸ ਜਿਹੜੀਆਂ ਆ ਉਹ ਕ੍ਰੀਏਟ ਕੀਤੀਆਂ ਗਈਆਂ ਸੀ। ਸੋ ਦੋਨੋਂ ਪਾਸੇ ਦੇਖੋ ਹੁਣ ਇਹ ਆਉਣ ਵਾਲੇ ਸਾਲ ਦੇ ਵਿੱਚ ਪਤਾ ਲੱਗੂਗਾ ਵੀ ਇਹਦਾ ਅਸਰ ਜਿਹੜਾ ਆ ਡੈਮੋਕਰੇਟਸ ਨੂੰ ਫਾਇਦਾ ਹੁੰਦਾ ਜਾਂ ਰਿਪਬਲਿਕਨਸ ਨੂੰ ਫਾਇਦਾ ਜੀ। ਅਗਲੀ ਖਬਰ ਨਿਊਜ਼ੀਲੈਂਡ ਤੋਂ ਆ ਰਹੀ ਹੈ। ਨਿਊਜ਼ੀਲੈਂਡ ਦਾ ਇੱਕ ਬੜਾ ਹੀ ਕਹਿੰਦੇ ਵੀ ਪਾਪੂਲਰ ਸੈਲਾਨੀ ਜਿਹੜਾ ਥਾਂ ਹੈਗੀ ਆ
ਉੱਥੇ ਵੋਲਕੈਨੋ ਜਿਹੜਾ ਆ ਉਹ ਇਰਪਟ ਹੋ ਗਿਆ, ਜਵਾਲਾਮੁਖੀ ਜਿਹੜਾ ਆ ਉਹ ਉੱਥੇ ਫਟਿਆ ਆ, ਉਸ ਦੇ ਕਰਕੇ ਕਹਿੰਦੇ ਘੱਟੋ ਘੱਟ 5 ਜਾਣਿਆਂ ਦੇ ਜਿਹੜੇ ਮਰਨ ਦੀ ਇਹ ਰਿਪੋਰਟ ਹੈਗੀ ਆ, ਅਤੇ ਕਈ ਹੋਰ ਜਿਹੜੇ ਲੋਕ ਆ ਉੱਥੋਂ ਲਾਪਤਾ ਦੱਸੇ ਜਾਂਦੇ ਆ। ਉੱਥੋਂ ਦੇ ਅਧਿਕਾਰੀਆਂ ਦੇ ਮੁਤਾਬਕ ਇਹ ਕਿਹਾ ਗਿਆ ਆ ਵੀ ਜਿਸ ਥਾਂ ਦੇ ਉੱਤੇ ਜਵਾਲਾਮੁਖੀ ਫਟਿਆ ਆ ਉੱਥੇ ਜਿਹੜੇ ਲੋਕ ਆ ਕਿਸੇ ਤਰੀਕੇ ਲੱਗ ਨਹੀਂ ਰਿਹਾ ਵੀ ਕੋਈ ਬੱਚਿਆ ਜਿਹੜਾ ਉੱਥੇ ਹੋਵੇਗਾ। ਲਾਈਫ ਦੇ ਜਿਹੜੇ ਸਾਈਨਸ ਆ ਉਹ ਬਹੁਤ ਘੱਟ ਨੇ। ਰੋਇਲ ਕਰੇਬੀਅਨ ਕਰੂਜ਼ ਸ਼ਿਪ ਜਿਹੜੀ ਆ ਉਸ ਜਿਹੜੇ ਪਾਪੂਲਰ ਸੈਲਾਨੀ ਥਾਂ ਦੇ ਉੱਤੋਂ ਦੀ ਜਿਹੜੀ ਕਹਿੰਦੇ ਉਹ ਲੰਘ ਰਹੀ ਸੀ, ਅਤੇ ਉੱਥੋਂ ਦੇ ਲੋਕਲ ਟਾਈਮ ਦੇ ਮੁਤਾਬਕ ਤਕਰੀਬਨ 2:11 ਨੂੰ ਦੁਪਹਿਰੇ ਜਿਹੜਾ ਇਹ ਜਵਾਲਾਮੁਖੀ ਫਟਿਆ ਹੈ। 12,000 ਫੁੱਟ ਤੱਕ ਜਿਹੜੇ ਜਵਾਲਾਮੁਖੀ ਦੇ ਵਿੱਚੋਂ ਜਿਹੜੀ ਐਸ਼ ਸਵਾਹ ਅਤੇ ਜਿਹੜੇ ਕਲਾਊਡਸ ਜਿਹੜੇ ਬਣੇ ਆ ਉਹ ਉੱਤੇ ਤੱਕ ਜਿਹੜੇ ਉਹ ਫੈਲ ਗਏ ਆ। 18 ਲੋਕਾਂ ਨੂੰ ਜਿਹੜੇ ਬੁਰੀ ਤਰ੍ਹਾਂ ਜਿਹੜੀਆਂ ਆ ਉਹ ਜਵਾਲਾਮੁਖੀ ਦੇ ਫਟਣ ਤੋਂ ਬਾਅਦ ਦੇ ਵਿੱਚ ਜਿਹੜਾ ਕਹਿ ਲਓ ਵੀ ਜਵਾਲਾ ਉੱਤੇ ਡਿੱਗਣ ਦੇ ਕਰਕੇ ਅਤੇ ਬਰਨ ਇੰਜਰੀਜ਼ ਜਿਹੜੀਆਂ ਹੋਈਆਂ ਜਿਨ੍ਹਾਂ ਨੂੰ ਬਚਾਇਆ ਗਿਆ ਆ, ਪਰ 5 ਲੋਕਾਂ ਦੇ ਮਾਰਨ ਦੀ ਜਿਹੜੀ ਉੱਥੇ ਮਰਨ ਦੀ ਜਿਹੜੀ ਆ ਉੱਥੇ ਪੁਸ਼ਟੀ ਹੋਈ, ਅਤੇ ਕਈ ਹੋਰ ਜਿਹੜੇ ਲੋਕ ਆ ਹਾਲ ਦੀ ਘੜੀ ਉੱਥੋਂ ਲਾਪਤਾ ਦੱਸੇ ਜਾ ਰਹੇ ਨੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਪਿਛਲੇ ਹਫ਼ਤੇ ਸ਼ੂਟਿੰਗ ਹੋਈ ਸੀ ਨੇਵਲ ਬੇਸ ਦੇ ਉੱਤੇ, ਜਿਹੜਾ US ਨੇਵਲ ਬੇਸ ਆ ਫਲੋਰੀਡਾ ਦੇ ਵਿੱਚ, ਉਹਦੇ ਸੰਬੰਧ ਦੇ ਵਿੱਚ ਕਹਿੰਦੇ ਸਾਊਦੀ ਨੈਸ਼ਨਲ ਜਿਹੜੇ ਨੇ ਜਿਸ ਬੰਦੇ ਨੇ ਗੋਲੀਆਂ ਚਲਾਈਆਂ ਸੀਆਂ ਉਸ ਨੂੰ ਇਹ ਟੈਰਰਿਜ਼ਮ ਦੀ ਐਕਟੀਵਿਟੀ ਗਿਣਿਆ ਜਾ ਰਿਹਾ ਹੈਗਾ, ਪਰ US ਅਤੇ ਸਾਊਦੀ ਅਰੇਬੀਆ ਦੇ ਰਿਲੇਸ਼ਨ ਦੇ ਵਿੱਚ ਕਹਿੰਦੇ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਪਿਆ। ਈਵਨ ਉਹ ਕਹਿੰਦੇ ਇਸ ਬੰਦੇ ਨੇ ਜਦੋਂ ਗੋਲੀਆਂ ਚਲਾਈਆਂ, ਜਦੋਂ 3 ਬੰਦੇ ਵੀ ਮਾਰ ਦਿੱਤੇ US ਦੇ, ਅਤੇ ਉਸ ਨੂੰ ਕਹਿੰਦੇ ਵੀਡੀਓ 'ਤੇ ਇਸ ਨੇ ਲਾਈਵ ਵੀ ਕੀਤਾ। ਸੋ ਟੋਟਲੀ ਜਿਹੜਾ ਪ੍ਰੀ ਪਲਾਨ ਸੀਗਾ। ਸੋ ਪਰ ਕਿਉਂਕਿ ਸਾਊਦੀ ਅਰੇਬੀਆ ਵਾਲਿਆਂ ਦਾ ਬਹੁਤ ਜ਼ਿਆਦਾ ਬਿਜ਼ਨਸ ਆ, ਇਸ ਕਰਕੇ ਫਿਰ ਹੁਣ ਜਿਹੜੇ ਸਾਡੇ ਪ੍ਰੈਜ਼ੀਡੈਂਟ ਵੀ ਆ ਉਹ ਵੀ ਕੋਈ ਇੱਦਾਂ ਦਾ ਬਿਆਨ ਉਹਨਾਂ ਦੇ ਉਲਟ ਨਹੀਂ ਦੇ ਰਹੇ। ਕਿੱਥੇ ਦੇਣਾ ਜੀ, ਸਟੈਂਡ ਨਹੀਂ ਹੈਗਾ ਇਹਨਾਂ ਦਾ। ਇਹ ਹੁਣ ਜਿੱਥੋਂ ਪੈਸੇ ਮਿਲਦੇ ਆ ਉੱਧਰਲੇ ਪਾਸੇ ਹੀ ਜਿਹੜਾ ਝੁਕਾ ਆ ਉਹਨਾਂ ਦਾ ਰਹਿੰਦਾ ਆ, ਸਟੈਂਡ ਲੈਣਾ ਔਖਾ ਹੋਇਆ ਪਿਆ। ਅਗਲੀ ਜਿਹੜੀ ਗੱਲ ਕਰਦੇ ਹਾਂ, ਸੁਪਰੀਮ ਕੋਰਟ ਨੇ ਜਿਹੜਾ ਕੈਂਟਕੀ ਦਾ ਅਬੋਰਸ਼ਨ ਅਲਟਰਾਸਾਊਂਡ ਲਾ ਨੂੰ ਲੈ ਕੇ ਜਿਹੜਾ ਚੈਲੇਂਜ ਕੀਤਾ ਗਿਆ ਸੀਗਾ ACLU ਦੇ ਦੁਆਰਾ ਅਤੇ ਡਾਕਟਰਾਂ ਦੇ ਦੁਆਰਾ, ਉਸ ਦੇ ਉਲਟ ਉਸ ਦੀ ਸੁਣਵਾਈ ਲੈਣ ਤੋਂ ਇਨਕਾਰ ਜਿਹੜਾ ਆ ਉਹਨਾਂ ਨੇ ਕਰ ਦਿੱਤਾ ਬਗੈਰ ਕਿਸੇ ਕਮੈਂਟ ਤੋਂ। ਉਹਨਾਂ ਨੇ ਟੋਟਲੀ ਆਖ ਦਿੱਤਾ ਵੀ ਅਸੀਂ ਇਸ ਮਾਮਲੇ ਦੇ ਵਿੱਚ, ਇਸ ਕੇਸ ਦੇ ਉੱਤੇ ਕਿਸੇ ਵੀ ਤਰੀਕੇ ਦੀ ਸੁਣਵਾਈ ਜਿਹੜੀ ਉਹ ਨਹੀਂ ਲਵਾਂਗੇ। 6th US ਸਰਕਟ ਕੋਰਟ ਆਫ ਅਪੀਲ ਦੇ ਵਿੱਚ ਜਿਹੜਾ ਇਸ ਤੋਂ ਪਹਿਲਾਂ ਕੈਂਟਕੀ ਜਾਂ ਵਰਸ਼ਨ ਲਾ ਆ ਉਸ ਦੇ ਹੱਕ ਦੇ ਵਿੱਚ, ਜਿਹੜੇ ਕਿ ਪ੍ਰੋ ਲਾਈਫ ਵਾਲੇ ਉਹਨਾਂ ਦੇ ਹੱਕ ਦੇ ਵਿੱਚ ਇਹ ਉਹਨਾਂ ਨੇ ਫੈਸਲਾ ਸੁਣਾਇਆ ਸੀਗਾ, ਅਤੇ ਜਿਹੜੇ ਪ੍ਰੋ ਚੋਇਸ ਵਾਲੇ ਆ ਉਹਨਾਂ ਨੇ ਬਾਅਦ ਦੇ ਵਿੱਚ, ਅਤੇ ਡਾਕਟਰਾਂ ਨੇ ਬਾਅਦ ਦੇ ਵਿੱਚ ਇਹ ਕਿਹਾ ਸੀ ਵੀ ਸਾਨੂੰ ਜਿਹੜਾ ਅਲਟਰਾਸਾਊਂਡ ਇਮੇਜਿਸ ਅਤੇ ਹਾਰਟਬੀਟ ਸਾਊਂਡ ਜਿਹੜੀ ਆ ਉਹ ਜਿਹੜੀਆਂ ਬੀਬੀਆਂ ਬੋਸ਼ਨ ਚਾਹੁੰਦੀਆਂ ਆ ਉਹਨਾਂ ਨੂੰ ਸੁਣਾਉਣ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ। ਪਰ ਉਹ ਉਸ ਕੇਸ ਦੇ ਜਿਹੜਾ ਉਲਟ ਹੀ ਉਸੇ ਚੀਜ਼ ਦੇ ਲਈ ਜਿਹੜਾ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਸਹਾਰਾ ਲਿਆ ਸੀਗਾ, ਪਰ ਸੁਪਰੀਮ ਕੋਰਟ ਨੇ ਇਸ ਦੇ ਵਿੱਚ ਜਿਹੜਾ ਆ ਉਹ ਸੁਣਵਾਈ ਲੈਣ ਤੋਂ ਇਨਕਾਰ ਕਰ ਦਿੱਤਾ ACLU ਵਾਲੇ ਅਤੇ ਹੋਰ ਜਿਹੜੇ ਇਸ ਤਰੀਕੇ ਦੇ ਹੱਕ ਦੇ ਵਿੱਚ ਸੀਗੇ ਵੀ ਇਹਨਾਂ ਡਾਕਟਰਾਂ ਦੇ ਹੱਕ ਦੇ ਵਿੱਚ ਸੀਗੇ, ਉਹਨਾਂ ਨੇ ਜਿਹੜੀ ਨਿਰਾਸ਼ਾ ਪ੍ਰਗਟਾਈ ਆ ਵੀ ਸੁਪਰੀਮ ਕੋਰਟ ਨੇ ਇਸ ਨੂੰ ਜਿਹੜਾ ਸੁਣਨ ਤੋਂ ਹੀ ਇਨਕਾਰ ਕਰ ਦਿੱਤਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਇੱਕ ਚਰਚ ਨੇ ਕਹਿੰਦੇ ਵੀ ਜਿਹੜਾ ਹੈਗਾ ਆ ਜੀਸਸ ਨੂੰ ਅਤੇ ਮੈਰੀ ਨੂੰ ਅਤੇ ਯੂਸਫ ਨੂੰ ਇੱਕ ਤਰ੍ਹਾਂ ਦੇ ਨਾਲ ਇਸ ਤਰ੍ਹਾਂ ਸ਼ੋਅ ਕੀਤਾ ਹੈ ਵੀ ਉਹ ਪਿੰਜਰਿਆਂ ਦੇ ਵਿੱਚ ਬੰਦ ਹੈਗੇ ਆ। ਮੈਥੋਡਿਸਟ ਚਰਚ ਜਿਹੜਾ ਕੈਲੀਫੋਰਨੀਆ ਦਾ, ਉਹਨਾਂ ਨੇ ਕਿਉਂਕਿ ਹੁਣ ਕ੍ਰਿਸਮਸ ਆ ਰਹੀ ਆ, ਸੀਨ ਇੱਦਾਂ ਦੇ ਸ਼ੋਅ ਕੀਤੇ ਹੈਗੇ ਆ ਜਿਹਦੇ ਵਿੱਚ ਜੀਸਸ ਮੈਰੀ ਯੂਸਫ ਇਕੱਲੇ ਇਕੱਲੇ ਜਿਹੜੇ ਆ ਉਹ ਪਿੰਜਰਿਆਂ ਦੇ ਵਿੱਚ ਬੰਦ ਹੈਗੇ ਆ। ਇਹ ਖਾਸ ਕਰਕੇ ਇਸ ਇਸ਼ੂ ਨੂੰ ਲੈ ਕੇ ਕੀਤਾ ਗਿਆ ਵੀ ਬੱਚਿਆਂ ਨੂੰ ਜਿਹੜੇ ਇਲੀਗਲੀ ਕ੍ਰੋਸ ਕਰਦੇ ਸੀ ਪਰਿਵਾਰਾਂ ਸਮੇਤ ਉਹਨਾਂ ਨੂੰ ਸੈਪਰੇਟ ਕੀਤਾ ਗਿਆ ਸੀ। ਇਹ ਮੈਸੇਜ ਜਿਹੜਾ ਹੈ ਇਸ ਚਰਚ ਵੱਲੋਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਬਾਰਡਰ ਪੈਟਰੋਲ ਡਿਟੈਂਸ਼ਨ ਸੈਂਟਰ ਨੇ 5,500 ਦੇ ਕਰੀਬ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਸੈਪਰੇਟ ਕੀਤਾ ਸੀਗਾ ਪਿਛਲੇ 3 ਸਾਲਾਂ ਦੇ ਵਿੱਚ। ਇਸ ਤੋਂ ਪਹਿਲਾਂ ਵੀ ਕਹਿੰਦੇ ਵੀ ਚਰਚ ਕਾਫੀ ਇੱਦਾਂ ਦੇ ਕੰਟਰੋਵਰਸ਼ੀਅਲ ਨੇਟਿਵਿਟੀ ਜਿਹੜੇ ਸੀਨਸ ਆ ਉਹ ਕਰਦਾ ਰਿਹਾ। 2014 ਦੇ ਵਿੱਚ ਉਹਨਾਂ ਨੇ ਜਿਹੜੀ ਵਰਜਨ ਮੈਰੀ ਆ ਉਹਨੂੰ ਹੋਮਲੈਸ ਸ਼ੋਅ ਕੀਤਾ ਸੀ ਇੱਕ ਬੱਸ ਸਟੋਪ 'ਤੇ, ਅਤੇ ਜਿਹੜਾ ਨਿਊਬੋਰਨ ਬੇਬੀ ਜਿਹੜਾ ਜੀਸਸ ਸ਼ੋਅ ਕੀਤਾ ਸੀ। ਇਸ ਤਰ੍ਹਾਂ ਦੇ ਜਿਹੜੇ ਇਸ਼ੂਜ਼ ਹੈਗੇ ਆ ਉਹ ਉਠਾਉਂਦੇ ਰਹੇ ਆ ਪਿਛਲੇ ਸਾਲਾਂ ਦੇ ਵਿੱਚ। ਜੀ, ਇਹ ਵੀ ਦੱਸ ਜਾਈ ਵੀ ਜਿਹੜੇ ਜੀਸਸ ਸੀਗੇ ਅਤੇ ਉਹਨਾਂ ਦੇ ਸਾਥੀ ਸੀ ਇਹ ਵੀ ਵਿਚਾਰੇ ਰਿਫਿਊਜੀ ਅਤੇ ਇਮੀਗ੍ਰੈਂਟ ਉਸ ਟਾਈਮ ਦੇ ਉੱਤੇ ਜਿਹੜੇ ਦੱਸੇ ਜਾਂਦੇ ਸੀ ਵੀ ਉਹਨਾਂ ਨੇ ਇੱਧਰੋਂ ਉੱਧਰੋਂ ਉਹਨਾਂ ਨੂੰ ਕਾਫੀ ਜਿਹੜਾ ਥਾਵਾਂ ਦੇ ਉੱਤੇ ਜਿਹੜਾ ਭਟਕਣਾ ਵੀ ਜਿਹੜਾ ਉਦੋਂ ਪਿਆ ਸੀਗਾ। ਕਿਸ ਤਰੀਕੇ ਦੇ ਨਾਲ ਕਹਿੰਦੇ ਆ ਵੀ ਇਹ ਸਾਰਾ ਕੁਛ ਉਦੋਂ
ਵਾਪਰਿਆ ਸੀਗਾ ਅਤੇ ਆਪਾਂ ਅੱਜ ਦੇ ਹਾਲਾਤ ਜਿਹੜੇ ਉਹ ਦੇਖ ਰਹੇ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਹੀ ਆਪਾਂ ਜਿਹੜੇ ਕਹਿ ਲਓ ਵੀ ਖਿਲਾਫ ਅਤੇ ਕਈ ਚੀਜ਼ਾਂ ਜਿਹੜੀਆਂ ਉਹ ਸੁਣਨ ਨੂੰ ਦੇਖਣ ਨੂੰ ਮਿਲਦੀਆਂ ਨੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਖਬਰ ਕਰਦੇ ਹਾਂ, ਊਬਰ ਦੀ ਆਪਾਂ ਉਸ ਦਿਨ ਬੀਤੇ ਵੀਕਐਂਡ ਦੇ ਉੱਤੇ ਖਬਰ ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ 3,000 ਤੋਂ ਵੱਧ ਸੈਕਸ਼ੂਅਲ ਅਸੋਲਟ ਦੇ ਜਿਹੜੇ ਕੇਸਿਸ ਆ ਪਿਛਲੇ ਸਾਲ ਦੇ ਵਿੱਚ ਆਏ ਆ, ਜਿਹੜੀ US ਸੇਫਟੀ ਦੀ ਰਿਪੋਰਟ ਆ ਆਈ ਸੀ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ $1.5 billion ਦਾ ਓਵਰਆਲ ਸਟਾਕ ਦੇ ਵਿੱਚ ਜਿਹੜਾ ਲੌਸ ਆ ਊਬਰ ਨੂੰ ਉਹ ਹੋਇਆ ਸੀਗਾ। ਸੋ ਇਹ ਗੱਲਾਂ ਜਿਹੜੀਆਂ ਆ ਇਹ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਅਸਰ ਜਿਹੜੀਆਂ ਉਹ ਕਰਦੀਆਂ ਹੈਗੀਆਂ ਆ। ਕੀ ਹੋਊਗਾ ਉਹਨਾਂ ਦੇ ਜਿਹੜੇ CEO ਅਤੇ ਹੋਰ ਕਿੰਨੇ ਐਗਜ਼ੀਕਿਊਟਿਵ ਸੀ ਉਹਨਾਂ ਨੇ ਟਵਿੱਟਰ ਦੇ ਉੱਤੇ ਕਿਹਾ, ਭਰੋਸਾ ਦਵਾਇਆ ਵੀ ਅਸੀਂ ਇੱਦਾਂ ਕਰਾਂਗੇ ਅਸੀਂ ਉੱਦਾਂ ਕਰਾਂਗੇ, ਇਹ ਸਾਰਾ ਕੁਛ ਕਰਨ ਦੇ ਬਾਵਜੂਦ ਵੀ ਜਿਹੜੇ ਇਨਵੈਸਟਰ ਸੀਗੇ ਉਹਨਾਂ ਦਾ ਭਰੋਸਾ ਉਬਰ ਤੋਂ ਥੋੜ੍ਹਾ ਬਹੁਤਾ ਉਹ ਉਤਰਿਆ ਅਤੇ $multi-billion ਦਾ ਜਿਹੜਾ ਨੁਕਸਾਨ ਆ ਉਹਨਾਂ ਨੂੰ ਓਵਰਆਲ ਸਟਾਕਸ ਦੇ ਵਿੱਚ ਉਹ ਦੇਖਣ ਨੂੰ ਮਿਲਿਆ ਸੀਗਾ। 3,000 ਜਿਹੜੇ ਸੈਕਸ਼ੂਅਲ ਅਸੋਲਟ ਦੇ ਜਿਹੜੇ ਕੇਸਿਸ ਆ ਉਹਨਾਂ ਵਿੱਚੋਂ 250 ਤੋਂ ਵੱਧ ਜਿਹੜੇ ਰੇਪ ਦੇ ਜਿਹੜੇ ਚਾਰਜਿਸ ਆ ਉਹ ਲੱਗੇ ਸੀ, ਜਿਹੜੇ ਕਿ ਉਸ ਤੋਂ ਪਿਛਲੇ ਸਾਲ ਦੀ US ਸੇਫਟੀ ਰਿਪੋਰਟ ਦੇ ਨਾਲੋਂ ਉਹ ਵਧੇ ਸੀਗੇ। ਅਜੇ ਇਹ ਦਾਅਵਾ ਕਰਦੇ ਨੇ ਵੀ ਅਸੀਂ ਬਹੁਤ ਵੱਡਾ ਜਿਹੜਾ ਬੈਕਗਰਾਊਂਡ ਚੈੱਕ ਕਿਸੇ ਵੀ ਜਿਸ ਵੀ ਡਰਾਈਵਰ ਨੂੰ ਉਹਨਾਂ ਨੇ ਲਾਉਣਾ ਹੈ ਉਸ ਦਾ ਕਰਦੇ ਹਾਂ, ਇਹ ਕੁਛ ਕਰਦੇ ਹਾਂ, ਪਰ ਇਹ ਜਿਹੜੀਆਂ ਰਿਪੋਰਟਾਂ ਆ ਕੁਛ ਹੋਰ ਹੀ ਜਿਹੜੀਆਂ ਉਹ ਪੇਸ਼ ਕਰਦੀਆਂ ਨੇ ਜੀ। ਅਗਲੀ ਖਬਰ ਜਿਹੜੀ ਫਲੋਰੀਡਾ ਤੋਂ ਆ ਰਹੀ ਹੈ, ਫਲੋਰੀਡਾ ਵਿੱਚ ਇੱਕ ਜਿਹੜਾ ਮਿਡਲ ਸਕੂਲ ਆ ਫਾਲਕੋਵ ਮਿਡਲ ਸਕੂਲ, ਉੱਥੋਂ ਇੱਕ 12 ਸਾਲਾਂ ਦੀ ਜਿਹੜੀ ਸਕੂਲ ਦੀ ਬੱਚੀ ਆ ਉਹਨੂੰ ਅਰੈਸਟ ਕੀਤਾ ਗਿਆ ਕਿਉਂਕਿ ਉਸ ਨੇ ਆਪਣੇ ਹੀ ਸਕੂਲ ਦੇ ਹੋਰ ਬੱਚਿਆਂ ਦੀ ਇੱਕ ਡੈਥ ਲਿਸਟ ਜਿਹੜੀ ਆ ਬਣਾਈ ਹੋਈ ਸੀ। ਸੋ ਇੱਕ ਬੱਚੇ ਦੇ ਪੇਰੈਂਟਸ ਨੇ ਜਦੋਂ ਇਹ ਗੱਲ ਇੱਕ ਸ਼ੈਰਫ ਆਫਿਸ ਨਾਲ ਕੀਤੀ ਅਤੇ ਉਹਨਾਂ ਨੇ ਇਨਵੈਸਟੀਗੇਟ ਕੀਤਾ ਅਤੇ ਦੇਖੋ 12 ਸਾਲਾਂ ਦੀ ਬੱਚੀ ਜਿਹੜੀ ਆ ਉਸ ਨੇ 17 ਲੋਕਾਂ ਦੀ ਦੇ ਕਰੀਬ ਜਿਹੜੀ ਆ ਲਿਸਟ ਬਣਾਈ ਹੋਈ ਸੀ। ਇਹ 25 ਮੀਲ ਸਾਊਥ ਆਫ ਪਾਰਕਲੈਂਡ ਫਲੋਰੀਡਾ ਦੇ ਵਿੱਚ ਸਕੂਲ ਹੈ ਅਤੇ ਉਸ ਤੋਂ ਬਾਅਦ ਇਸ ਸਕੂਲ ਦੀ ਜਿਹੜੀ ਸਟੂਡੈਂਟ ਆ ਉਸ ਨੂੰ ਅਰੈਸਟ ਕੀਤਾ ਗਿਆ ਜੀ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਜਿਹੜਾ ਭਾਰਤ ਦੇ ਵਿੱਚ ਬੀਤੇ ਦਿਨੀ ਜਿਹੜਾ NRC ਉੱਥੇ ਬਿੱਲ ਹੋਇਆ ਆ, ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਜਿਹੜਾ ਉੱਥੇ ਹੋਇਆ ਆ, ਉਸ ਦੀ ਜਿਹੜੀ ਚਰਚਾ ਆ ਬਾਹਰਲੇ ਵਿਦੇਸ਼ੀ ਮੁਲਕਾਂ ਦੇ ਵਿੱਚ ਵੀ ਉੱਥੋਂ ਦੀਆਂ ਖਬਰਾਂ ਦੇ ਵਿੱਚ ਕਾਫੀ ਜਿਹੜੀ ਆ ਦੇਖਣ ਨੂੰ ਮਿਲੀ ਆ, ਖਾਸ ਕਰਕੇ ਜਿਹੜੇ ਲਿਬਰਲ ਮੀਡੀਆ ਆਊਟਲੈਟਸ ਆ ਉਹਨਾਂ ਦੇ ਵਿੱਚ ਜ਼ਿਆਦਾ ਇਸਨੂੰ ਦੇਖਿਆ ਗਿਆ ਆ ਵੀ ਕਹਿੰਦੇ ਵੀ ਜਿਹੜੀ ਇੰਡੀਆ ਦੀ ਹਿੰਦੂ ਨੈਸ਼ਨਲਿਸਟ ਗੌਰਮੈਂਟ ਆ ਉਹਨਾਂ ਨੇ ਜਿਹੜਾ ਇਹ ਨਵਾਂ ਸੋਧ ਜਿਹੜੀ ਇਸ ਦੇ ਵਿੱਚ ਕੀਤੀ ਆ ਉਹਦੇ ਵਿੱਚ ਬੇਸਿਕਲੀ ਸਿੰਗਲ ਆਊਟ ਨੇ ਮੁਸਲਮਾਨਾਂ ਨੂੰ ਉਹਨਾਂ ਨੇ ਟੋਟਲ ਕਰ ਦਿੱਤਾ ਹੈਗਾ ਆ ਵੀ ਜਿਹੜੇ ਕੋਈ ਪਾਕਿਸਤਾਨ ਬੰਗਲਾਦੇਸ਼ ਅਫਗਾਨਿਸਤਾਨ ਤੋਂ ਰਿਫਿਊਜੀ ਇੱਥੇ ਆਉਂਦੇ ਨੇ ਹੋਰ ਧਰਮਾਂ ਦੇ ਜਿਹੜੇ ਉਹ ਵੈਲਕਮ ਨੇ ਉਹਨਾਂ ਨੂੰ ਸਿਟੀਜ਼ਨਸ਼ਿਪ ਦਾ ਰਾਹ ਜਿਹੜਾ ਮਿਲ ਸਕਦਾ ਆ, ਪਰ ਜਿਹੜੇ ਮੁਸਲਮਾਨ ਆ ਉਹਨਾਂ ਨੂੰ ਜਿਹੜਾ ਸਿਟੀਜ਼ਨਸ਼ਿਪ ਦਾ ਰਾਹ ਜਿਹੜਾ ਉਹ ਨਹੀਂ ਦਿੱਤਾ ਜਾ ਸਕਦਾ। ਸੋ ਇਹ ਕੁਛ ਦੇਖਣ ਨੂੰ ਮਿਲਿਆ। ਰਾਸ਼ਟਰਪਤੀ ਟਰੰਪ ਖਾਸੇ ਗੂੜੇ ਮਿੱਤਰ ਹੈਗੇ ਨੇ ਨਰਿੰਦਰ ਮੋਦੀ ਦੇ, ਬੀਤੇ ਦਿਨੀ ਜਦ ਹਿਊਸਟਨ ਦੇ ਵਿੱਚ ਹਾਊਡੀ ਜਿਹੜੀ ਮੋਦੀ ਕਰਕੇ ਜਿਹੜੀ ਉਹਨਾਂ ਨੇ ਰੈਲੀ ਕੀਤੀ ਸੀ ਅਤੇ ਉੱਥੇ ਜਿਹੜੇ ਇੱਕ ਦੂਜੇ ਦੀ ਇਹ ਦੋਨੋਂ ਜਿਹੜੀ ਪਿੱਠ ਥਾਪੜਦੇ ਹੋਏ ਜਿਹੜੀ ਨਜ਼ਰ ਆਏ ਸੀਗੇ। ਸੋ ਲੈਟ ਸੀ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਕੀ ਬਣਦਾ ਆ ਅਤੇ ਕਿਵੇਂ ਜਿਹੜਾ ਇਹ ਚੀਜ਼ ਹੁੰਦੀ ਆ। ਸੋ ਵੈਸੇ ਜੇ ਦੇਖਿਆ ਜਾਵੇ ਤਾਂ ਇਹ ਇਸ ਬਿੱਲ ਦੇ ਵਿੱਚ ਕਹਿੰਦੇ ਇਸਲਾਮੋਫੋਬੀਆ ਕਾਫੀ ਜ਼ਿਆਦਾ ਦੇਖਣ ਨੂੰ ਮਿਲਿਆ ਹੈਗਾ। ਸੋ ਬਿਲਕੁਲ ਹਰ ਇੱਕ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ। ਦੇਖੋ ਆਪਾਂ ਨੂੰ USA ਦੇ ਵਿੱਚ ਕਿੰਨੇ ਸਾਲ ਲਾ ਕੇ ਜਿਹੜੀ ਆ ਸਿਟੀਜ਼ਨਸ਼ਿਪ ਮਿਲੀ ਸੀ, ਆਪਣੇ ਜਿਹੜੇ ਫੋਰ ਫਾਦਰ ਸੀਗੇ ਬਜ਼ੁਰਗ ਸੀ ਉਹ ਕਿੰਨਾ ਜਿਹੜਾ ਲੜੇ ਸੀ ਸਿਟੀਜ਼ਨਸ਼ਿਪ ਨੂੰ, ਭਗਤ ਸਿੰਘ ਥਿੰਡ ਨੇ ਕਿੰਨੇ ਸਾਲ ਕੇਸ ਲੜਿਆ ਤਾਂ ਕਿ ਇੱਥੇ ਸਿਟੀਜ਼ਨ ਬਣ ਸਕੇ। ਹੁਣ ਦੇਖੋ ਜਿਹੜੇ ਮੁਲਕ ਤੋਂ ਅਸੀਂ ਆਏ ਹਾਂ ਉੱਥੇ ਉਹ ਕਹਿੰਦੇ ਅਸੀਂ ਮੁਸਲਮਾਨ ਜਿਹੜੇ ਆ ਬੰਗਲਾਦੇਸ਼ ਤੋਂ ਜਾਂ ਅਫਗਾਨਿਸਤਾਨ ਤੋਂ ਜਾਂ ਹੋਰ ਮੁਲਕਾਂ ਤੋਂ ਆਏ ਉਹਨਾਂ ਦੀ ਸਿਟੀਜ਼ਨਸ਼ਿਪ ਚੱਕ ਦੇਣੀ ਹੈਗੀ ਆ। ਸੋ ਇੱਦਾਂ ਦਾ ਮਾਹੌਲ ਉੱਥੇ ਹੋ ਰਿਹਾ। ਸੋ ਆਪਾਂ ਨੂੰ ਜ਼ਰੂਰ ਜਿੱਥੇ ਜ਼ੁਲਮ ਹੋ ਰਿਹਾ ਉਹਦੇ ਉਲਟ ਬੋਲਣਾ ਚਾਹੀਦਾ ਹੈ ਜੀ। ਅਤੇ ਇੱਕ ਚੀਜ਼ ਹੋਰ ਜਿਹੜੀ ਹਰਜੋਤ ਸਿੰਘ ਜੀ ਦੇਖਣ ਨੂੰ ਮਿਲੀ ਹੈ, ਸ਼ਾਇਦ ਕਸ਼ਮੀਰ ਦੇ ਵਿੱਚ ਜੋ ਇਸ ਟਾਈਮ ਕਹਿੰਦੇ ਵੀ ਚੱਲ ਰਿਹਾ ਆ ਉਸ ਦੇ ਖਿਲਾਫ ਅਮਰੀਕਾ ਦੇ ਸਦਨਾਂ ਦੇ ਵਿੱਚ ਇੱਕ ਰੈਜ਼ੋਲਿਊਸ਼ਨ ਲਿਆਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ। ਉੱਧਰ ਭਾਰਤੀ ਜਿਹੜੀ ਸਟੇਟ ਆ ਯਾਨੀ ਕਿ ਪੂਰੇ ਭਾਰਤ ਨੇ ਸਰਕਾਰ ਦੀ ਉੱਥੋਂ ਦੀ ਹਦਾਇਤ ਦੇ ਉੱਤੇ ਵਾਸ਼ਿੰਗਟਨ ਦੇ ਵਿੱਚ ਇੱਕ ਵਾਸ਼ਿੰਗਟਨ DC ਦੇ ਵਿੱਚ ਇੱਕ ਵੱਡੀ ਲੌਬੀਇੰਗ ਫਰਮ ਨੂੰ ਜਿਹੜਾ ਆ ਉਹਨਾਂ ਨੇ ਹਾਇਰ ਕੀਤਾ ਆ, ਇਸ ਕਰਕੇ ਵੀ ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਸ਼ਮੀਰ ਦੇ ਵਿੱਚ ਹੋ ਰਿਹਾ ਜਿਹੜਾ ਇਸ ਟਾਈਮ ਕਹਿੰਦੇ ਵੀ ਧੱਕਾ ਆ ਜਿਹੜਾ ਉਸ ਦੇ ਖਿਲਾਫ਼ ਜਿਹੜਾ ਰੈਜ਼ੋਲਿਊਸ਼ਨ ਆ ਰਿਹਾ ਆ ਵੀ ਉਸ ਦੇ ਵਿੱਚੋਂ ਜਿਹੜਾ ਕਿਸੇ ਤਰੀਕੇ ਨਾਲ ਰੈਜ਼ੋਲਿਊਸ਼ਨ ਨੂੰ ਵਾਪਸ ਲਿਆ ਜਾਵੇ ਜਾਂ ਉਹ ਸਦਨ ਦੇ ਬੈਂਚ ਤੱਕ ਜਿਹੜਾ ਆ ਉਹ ਨਾ ਪਹੁੰਚ ਸਕੇ। ਸੋ ਇਹ ਚੀਜ਼ ਇਸ ਟਾਈਮ ਹਰਜੋਤ ਸਿੰਘ ਜੀ ਉੱਥੇ ਜਿਹੜੀ ਉਹ ਟਰਾਈ ਚੱਲ ਰਹੀ ਆ। ਸੋ ਇਹ ਸ਼ਰੇਆਮ ਹੀ ਸਾਰੀਆਂ ਚੀਜ਼ਾਂ ਇਹ ਨਜ਼ਰ ਆਉਂਦੀਆਂ ਕਿਸ ਤਰੀਕੇ ਦੇ ਨਾਲ ਉਹ ਹਰ ਇੱਕ ਚੀਜ਼ ਨੂੰ ਇਸ ਹਿਸਾਬ ਦੇ ਨਾਲ ਉਹ ਰੋਕਣਾ ਚਾਹੁੰਦੇ ਨੇ ਜੀ। ਅਗਲੀ ਖਬਰ ਵਿੱਚ ਚੱਲੀ ਹੈ ਜਿਹੜੀ ਚਾਈਨਾ ਤੋਂ ਆ ਰਹੀ ਹੈ। ਚਾਈਨਾ ਦੇ ਵਿੱਚ ਉਈਗਰਸ ਜਿਹੜੇ ਡਿਟੇਨੀਜ਼ ਹੈਗੇ ਆ ਹੁਣ ਚਾਈਨੀਜ਼ ਆਫੀਸ਼ੀਅਲ ਕਹਿੰਦੇ ਆ ਵੀ ਉਹਨਾਂ ਨੂੰ
ਅਸੀਂ ਆਜ਼ਾਦ ਕਰ ਦਿੱਤਾ ਗ੍ਰੈਜੂਏਟ ਹੋਣ ਤੋਂ ਬਾਅਦ। ਸੋ ਮੁਸਲਮਾਨ ਜਿਹੜੇ ਲੋਕ ਆ ਉਹਨਾਂ ਨੂੰ ਉਹਨਾਂ ਨੇ ਡਿਟੈਂਸ਼ਨ ਸੈਂਟਰਾਂ 'ਚ ਰੱਖਿਆ ਸੀ। ਹਿਊਮਨ ਰਾਈਟਸ ਗਰੁੱਪ ਨੇ ਕਾਫੀ ਐਕਸਪੋਜ਼ ਕੀਤਾ ਸੀ, US ਨੇ ਜਿਹੜਾ ਬਿੱਲ ਵੀ ਪਾਸ ਕੀਤਾ ਸੀ। ਹੁਣ ਉੱਥੇ ਕਹਿੰਦੇ ਵੀ ਉਹਨਾਂ ਦਾ ਉਹ ਬ੍ਰੇਨ ਵਾਸ਼ ਕਰ ਰਹੇ ਆ, ਅਤੇ ਬਹੁਤ ਸਾਰੇ ਜਿਹੜੇ ਲੋਕ ਆ ਰਹੇ ਉਹ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਉੱਥੇ ਜ਼ਿੰਦਗੀ ਜਿਹੜੀ ਸੀ ਉਹ ਨਰਕ ਵਾਲੀ ਸੀ। ਜੀ ਜੀ, ਅਤੇ ਨਾਲ ਹੀ ਆਪਣੇ ਹਰਜੋਤ ਸਿੰਘ ਜੀ ਦੱਸਦੇ ਜਾਈਏ ਵੀ ਅੱਜ ਆਪਣੇ ਨਾਲ ਇੱਕ ਬ੍ਰੇਕ ਤੋਂ ਬਾਅਦ ਦੇ ਵਿੱਚ ਕਵਰਡ ਕੈਲੀਫੋਰਨੀਆ ਦੇ ਜਿਹੜੇ ਇਨਫੋਰਮੇਸ਼ਨ ਆਫਿਸਰ ਜਗਦੀਪ ਸਿੰਘ ਜੀ ਉਹ ਮੁੜ ਕੇ ਜਿਹੜਾ ਉਹ ਜੁੜਨਗੇ, ਅਤੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੇ ਬਾਬਤ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਉਹਨਾਂ ਨੂੰ ਜਿਹੜਾ ਉਹ ਪੁੱਛ ਸਕੋਗੇ। ਅੱਧਾ ਘੰਟਾ ਆਪਣੇ ਨਾਲ ਉਹ ਜੁੜਨਗੇ 9:30 ਤੋਂ ਲੈ ਕੇ ਜਿਹੜਾ ਉਹ 10 ਤੱਕ। ਜਗਦੀਪ ਸਿੰਘ ਢਿੱਲੋਂ ਆਪਣੇ ਨਾਲ ਇੱਕ ਵਾਰੀ ਫਿਰ ਜਿਹੜੇ ਉਹ ਆ ਰਹੇ ਆ, ਕਿਉਂਕਿ ਬਹੁਤ ਘੱਟ ਜਿਹੜਾ ਉਹ ਸਮਾਂ ਰਹਿ ਗਿਆ ਨਿਊਜ਼ ਦਾ ਅਤੇ ਨਵੀਆਂ ਐਪਲੀਕੇਸ਼ਨ ਜਿਹੜੀਆਂ ਉਸ ਦੇ ਬਾਰੇ ਉਹ ਕਰਾਉਣ ਦਾ, ਉਸ ਦੇ ਬਾਰੇ ਜੇ ਕੋਈ ਤੁਹਾਡੇ ਸਵਾਲ ਹੋਏ ਤਾਂ ਤੁਸੀਂ ਉਹਨਾਂ ਨੂੰ ਜਿਹੜਾ ਉਹ ਪੁੱਛ ਸਕੋਗੇ। ਸਟੂਡੀਓ ਦੇ ਕਾਲ ਕਰਨ ਦੇ ਲਈ ਨੰਬਰ ਉਹੀ ਰਹੇਗਾ 408-272-4082-72-5200 ਦੇ ਉੱਤੇ। ਅਤੇ ਹਰਜੋਤ ਸਿੰਘ ਜੀ ਆਪਾਂ ਫਿਰ ਥੋੜ੍ਹੇ ਚਿਰ ਦੇ ਵਿੱਚ ਆਪਾਂ ਉਹਨਾਂ ਦੇ ਨਾਲ ਜਿਹੜਾ ਉਹ ਜੁੜਾਂਗੇ। ਬਸ ਹੁਣ ਆਪਾਂ ਆਪਣੇ ਅੱਜ ਦੀਆਂ ਜਿਹੜੀਆਂ ਖਬਰਾਂ ਦਾ ਜਿਹੜਾ ਕੰਮ ਉਹ ਇੱਥੇ ਜਿਹੜਾ ਆਪਾਂ ਰੋਕ ਲੈਂਦੇ ਹਾਂ ਜੀ। ਸੋ ਆਪਾਂ ਸੁਰੱਖਿਆ ਤੋਂ ਇਜਾਜ਼ਤ ਲੈਂਦੇ ਹਾਂ ਜੀ, ਅਤੇ ਮਿਲਦੇ ਹਾਂ ਤੁਹਾਨੂੰ ਜਿਹੜਾ ਖਬਰਾਂ ਦੇ ਬੁਲਟਨ ਦੇ ਨਾਲ ਜਿਹੜਾ ਅਗਲੀ ਵਾਰ। ਅਤੇ ਇੱਕ ਵਾਰੀ ਫਿਰ ਦੱਸ ਜਾਈਏ ਵੀ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਜਿਹੜੇ ਕਵਰਡ ਕੈਲੀਫੋਰਨੀਆ ਦੇ ਇਨਫੋਰਮੇਸ਼ਨ ਆਫਿਸਰ ਜਗਦੀਪ ਸਿੰਘ ਢਿੱਲੋਂ ਦੇ ਨਾਲ ਜੁੜਾਂਗੇ ਪੰਜਾਬੀ ਡੀਡੀ USA ਦੇ ਉੱਤੇ। ਅਤੇ ਜੇ ਤੁਹਾਡਾ ਵੀ ਕੋਈ ਸਵਾਲ ਹੋਵੇ ਕਵਰਡ ਕੈਲੀਫੋਰਨੀਆ ਨੂੰ ਲੈ ਕੇ ਤਾਂ ਤੁਸੀਂ ਫਿਰ ਉਹਨਾਂ ਨੂੰ ਸਵਾਲ ਜਿਹੜਾ ਉਸ ਦੇ ਵਿੱਚ ਪੁੱਛ ਸਕੋਗੇ। ਨੰਬਰ 408-272-4082-72-5200 ਅਤੇ ਮਿਲਦੇ ਹਾਂ ਆਪਣੇ ਸਰੋਤਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ। ਅਤੇ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO University 1450 AM KIID Sacramento 14